ਅੱਗੋਂ ਕੀ ਤਲਵੰਡੀ ਭਰੇ ਵੇ ਦੀਵਾਨ ਵਿੱਚ ਸਾਹਿਬਜ਼ਾਦੇ ਨੂੰ ਨਾਂ ਦੇ ਕੇ ਰਣਜੀਤ ਸਿੰਘ ਮਾਈਆਂ ਕਲਗੀਧਰ ਤੋਂ ਕਿਵੇਂ ਪੁੱਛਦੀਆਂ ਹਨ? ਆਨੰਦਪੁਰੀ ਤੋਂ ਸੀ ਚੰਦਰਾ ਜਿਸ ਦਿਨ ਪਿਆ ਵਿਛੋੜਾ, ਨਿਖੜ ਕੇ ਟੱਪਰ ਚੋਂ ਖਾ ਗਏ ਕਿਹੜੇ ਪਾਸੇ ਮੋੜਾ, ਕੀ ਭੁੱਲ ਕੇ ਸਰਸੇ ਤੋਂ ਰਸਤੇ ਪੈ ਗਏ ਕਿਸੇ ਕਰੋਟੇ, ਅੱਜ ਨਜ਼ਰੀ ਆਉਂਦਾ ਨਾ ਸਵਾਮੀ ਚਾਰ ਜਿਗਰ ਦੇ ਟੋਟੇ, ਵਿੱਚ ਧਰਮ ਯੁੱਧ ਦੇ ਜਾ ਚਾਰੇ ਪਾ ਗਏ ਪਰਮ ਸ਼ਹੀਦੀ, ਰੁਖਵਾਲੀ ਉਹਨਾਂ ਦੀ ਅੰਮਾ ਜੀ ਕਿਧਰੇ ਨੀ ਦੀਦੀ, ਗੋਦੀ ਮਾਂ ਗੁਜ਼ਰੀ ਦੀ ਖੇਡਣ ਨਾ ਵੱਡੇ ਨਾ ਛੋਟੇ, ਅੱਜ ਨਜ਼ਰੀ ਆਉਂਦਾ ਨਾ ਸਵਾਮੀ ਚਾਰ ਜਿਗਰ ਦੇ ਟੋਟੇ, ਕੀ ਕੱਲਿਆ ਹੰਸਾਂ ਨੂੰ ਰਲਿਆ ਦੁੱਧ ਚ ਪਾਣੀ ਛਾਨਣ, ਰਾਖੇ ਤਰਲੋਕੀ ਦੇ ਚਾਰੇ ਚੋਂ ਜੁਗਾਂ ਦੇ ਚਾਨਣ, ਪਹਿਲਾਂ ਸ਼ਾਨਦਾਰ ਤੋਂ ਮੁੱਢੋਂ ਪੱਟੇ ਗਏ ਬਰੋਟੇ, ਅੱਜ ਨਜ਼ਰੀ ਆਉਂਦੇ ਨਾ ਸਵਾਮੀ ਚਾਰ ਜਿਗਰ ਦੇ ਟੋਟੇ, ਸਾਰੇ ਕਰਨ ਮੋਰਚੇ ਨੂੰ ਬਾਂਕੇ ਕਿੱਧਰ ਕੀਤੇ ਤਾਵੇ, ਕਰ ਦਿੱਤੇ ਸਾਰਿਆਂ ਦੇ ਜਾਂ ਫਿਰ ਵਿਆਹ ਮੰਗਣੇ ਮੁਕਲਾਵੇ, ਸਾਡੇ ਤਿਰਵਾਨਾਂ ਦੇ ਸ਼ਰਮ ਖਾ ਜਾਂਦੇ ਹਲੋਟੇ, ਅੱਜ ਨਜ਼ਰੀ ਆਉਂਦੇ ਨਾ ਸਵਾਮੀ ਚਾਰ ਜਿਗਰ ਦੇ ਟੋਟੇ, ਸੋਨੇ ਦੇ ਮਹਿਲ ਚ ਜੇ ਹੋਵਣ ਲੱਖਾਂ ਮਣਾ ਨਗੀਨੇ, ਪਿੰਡ ਠਿਆ ਪੁੱਤਰ ਦੇ ਮਾਂ ਦੇ ਠੰਡ ਪਵੇ ਨਾ ਸੀਨੇ, ਹਿੰਦੂਆਂ ਜਾਂਦੇ ਨੇ ਮਾਵਾਂ ਦੇ ਨੈਣਾਂ ਵਿੱਚ ਮੋਟੇ, ਅੱਜ ਨਜ਼ਰੀ ਆਉਂਦਾ ਨਾ ਸਵਾਮੀ ਚਾਰ ਜਿਗਰ ਦੇ ਟੋਟੇ, ਅਰਬਾਂ ਮਲ ਮਿਸ਼ਰੀ ਤੋਂ ਸੀਗੇ ਬੋਲ ਜਿਨ੍ਹਾਂ ਦੇ ਮਿੱਠੇ, ਹਰ ਗੁਣ ਦੇ ਮਾਂ ਪਿਓ ਨੇ ਇਹੋ ਜਿਹੇ ਪੁੱਤਰ ਨੀ ਦਿੱਤੇ, ਦੁੱਖ ਦੇਖਣ ਮੈਂ ਧਿਆਨਾ ਮਾਵਾਂ ਕਰਮ ਜਿਨ੍ਹਾਂ ਨੇ ਖੋਟੇ, ਅੱਜ ਨਜ਼ਰੀ ਆਉਂਦਾ ਨਾ ਸਵਾਮੀ ਚਾਰ ਜਿਗਰ ਦੇ ਟੋਟੇ, ਉਹ ਤਾਜ ਤਖਤ ਕਿੱਥੇ ਕਲਗੀ ਜੋੜੇ ਕੋਲੇ ਹਾਥੀ, ਤੇ ਫੌਜ ਨਿਹੰਗਾਂ ਦੀ ਸਪਿਆਰੇ ਪੰਜ ਮਰਨ ਦੇ ਸਾਥੀ, ਜਿਹਨੂੰ ਛੁਰੀ ਬਦਰਦੀ ਦੀ ਕੀਤਾ ਦਿਉ ਨਾ ਤੋਂ ਪੋਟੇ, ਅੱਜ ਨਜ਼ਰੀ ਆਉਂਦਾ ਨਾ ਸਵਾਮੀ ਚਾਰ ਜਿਗਰ ਦੇ ਟੋਟੇ।